ਹਾਰ ਉਹਨਾਂ ਦੀ ਵੀ ਹੋਈ ਹੈ, ਉਹਨਾਂ ਨਾਲ ਅਸੀਂ ਗੱਲ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਹਾਰ ਦੇ ਕੀ ਕਾਰਨ ਰਹੇ ਨੇ। ਪ੍ਰਸ਼ਰ ਜੀ, ਮੌਜੂਦਾ MLA ਰਹੇ ਹੋ 2.5 ਸਾਲ, ਆਮ ਆਦਮੀ ਪਾਰਟੀ ਨੇ ਪੰਜਾਬ ਵਾਸਤੇ ਕੰਮ ਵੀ ਕੀਤੇ, ਲੱਗਦਾ ਲੋਕ ਉਸ ਚੀਜ਼ ਨੂੰ ਸਮਝ ਨਹੀਂ ਪਾਏ। ਨਹੀਂ, ਉਹ ਜਦੋਂ ਧਰਮ ਦੇ, ਇਹ ਅਸਲ 'ਚ ਧਰਮ ਦਾ ਨਾਮ ਲੈ ਕੇ ਜਿਹੜੇ ਲੋਕ ਰਾਜਨੀਤੀਆਂ ਧਰਮ ਨੂੰ ਵਿੱਚ ਲੈ ਕੇ ਕਰਦੇ ਆ, ਉਹਦਾ ਰਾਮ ਪ੍ਰਭੂ ਦਾ ਨਾਮ ਚੱਲਿਆ ਔਰ ਇਹਨਾਂ ਨੇ ਉਹਦਾ ਪੂਰਾ ਨਾਮ ਚਲਾਇਆ BJP ਵਾਲਿਆਂ ਨੇ। ਉਹਦੇ ਕਰਕੇ 1 ਲੱਖ ਵੋਟ ਜਿਹੜੀ ਆ ਉਹ BJP ਵਾਲਿਆਂ ਨੂੰ ਵੱਧ ਪਈ, ਦੂਸਰੇ ਜਿੱਤਣ ਦਾ ਕਾਰਨ ਤਾਂ ਬਣ ਗਿਆ। ਲੋਕ ਸਾਡੇ ਨਾਲ ਆ, ਅੱਜ ਵੀ, ਉਦੋਂ ਵੀ ਨਾਲ ਸੀ, ਲੋਕਾਂ ਨੇ ਵੋਟਾਂ ਪਾਈਆਂ ਨੇ, ਪਰ ਉਹ ਪ੍ਰਭੂ ਰਾਮ ਦੇ ਨਾਮ 'ਤੇ ਜਿਹੜਾ ਇਹਨਾਂ ਨੇ ਉੱਥੇ ਬੂਥਾਂ 'ਤੇ ਬਹਿ ਕੇ ਤਿਲਕ ਲਾ ਕੇ ਚੌਲ ਅਚਾਰ ਪ੍ਰਸ਼ਾਦ ਸਾਰਾ ਕੁਛ ਵੰਡਿਆ ਵਾ, ਉਹਦੇ ਨਾਲ ਕੋਈ ਭਾਵਨਾ ਲੋਕਾਂ ਦੀਆਂ ਜੁੜ ਗਈਆਂ, ਉਹਨਾਂ ਨੇ ਤਾਂ 1 ਲੱਖ ਵੋਟ ਜਿਹੜੀ ਆ ਉੱਧਰਲੇ ਪਾਸੇ ਚਲੇ ਗਈ। ਕੋਈ ਗੱਲ ਨਹੀਂ, ਅਸੀਂ ਤਾਂ ਪਹਿਲਾਂ ਵੀ ਸੇਵਾ ਕਰਦੇ ਹਾਂ, ਅੱਜ ਵੀ ਆ, ਲੋਕ ਬੈਠੇ ਆ, ਲੋਕ ਸੇਵਾ ਹੀ ਕਰਨੀ ਆ। ਜੇ ਉੱਥੇ ਦਿੱਲੀ ਚਲ ਜਾਂਦੇ ਤਾਂ ਵੀ ਲੋਕਾਂ ਦੀ ਆਵਾਜ਼ ਬਣ ਕੇ। ਕਹਿਣ ਦਾ ਮਤਲਬ ਕਿ ਤੁਹਾਡੀ ਹਾਰ ਦਾ ਕਾਰਨ BJP ਨੂੰ ਜਿਹੜੀ ਵੋਟ ਪਈ ਹੈ ਉਹ ਹੈ, ਨਾ ਕਿ ਕਾਂਗਰਸ ਨੂੰ ਜਿਹੜੀ ਲੀਡ ਹੋਈ ਹੈ ਉਹ ਹੈ? ਨਹੀਂ ਨਹੀਂ, ਕਾਂਗਰਸ ਨੂੰ ਕਾਹਦੀ ਲੀਡ ਹੋਈ ਹੈ? ਕਾਂਗਰਸ ਨੂੰ ਤਾਂ ਉਹੀ ਵੋਟ ਪਈ ਆ ਜਿਹੜੀ ਪਈ ਆ। ਆ ਜਿਹੜੀ 1.25 ਲੱਖ ਵੋਟ ਜਿਹੜੀ ਬਿੱਟੂ ਨੂੰ ਵੱਧ ਪੈ ਗਈ, ਉਹ ਰਾਮ ਮੰਦਰ ਕਰਕੇ ਪੈ ਗਈ। ਰਾਮ ਦਾ ਮੰਦਰ ਇਹਨਾਂ ਨੇ ਉੱਥੇ ਤਾਂ, ਚਾਹੇ ਪ੍ਰਭੂ ਰਾਮ ਨੇ ਇਹਨਾਂ ਨੂੰ ਸ਼ਰਾਪ ਦੇ ਕੇ ਹਰਾ ਤਾ ਅਯੋਧਿਆ 'ਚ, ਇੱਥੇ ਜ਼ਰੂਰ ਪ੍ਰਭੂ ਰਾਮ ਦਾ ਨਾਮ ਚੱਲ ਪਿਆ। ਉਹ ਪ੍ਰਭੂ ਰਾਮ ਦੇ ਨਾਮ ਕਰਕੇ ਇਹ 1.25 ਲੱਖ ਵੋਟ ਵੱਧ ਲੈ ਗਏ। ਅਤੇ ਮਤਲਬ ਕਿ ਕਹਿਣ ਦਾ ਮਤਲਬ ਕਿ ਸ਼ਹਿਰੀ ਵੋਟ ਕਿਤੇ ਨਾ ਕਿਤੇ BJP ਨੂੰ ਭੁਗਤੀ ਹੈ ਔਰ ਆਮ ਆਦਮੀ ਪਾਰਟੀ ਉਸ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਗਈ, ਇਸੀ ਚੀਜ਼ ਕਰਕੇ ਹੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ? ਸਿਆਸਤਾਂ ਦੇ ਕਈ ਪਹਿਲੂ ਹੁੰਦੇ ਆ। ਇਹ ਪਹਿਲੂ ਸੁਖਬੀਰ ਬਾਦਲ ਨੇ ਆਪਣੀ ਘਰ ਵਾਲੀ ਜਿਤਾਉਣ ਲਈ, ਮੈਨੂੰ ਪਤਾ ਲੱਗਿਆ ਵੀ ਇੱਥੇ ਅਕਾਲੀ ਦਲ ਦੀ ਵੋਟ ਆ ਜਿਹੜੀ, ਉਹ ਵੀ ਰਾਜੇ ਬੜਿੰਗ ਨੂੰ ਪਵਾਤੀ ਉੱਥੇ ਗਿੱਦੜ ਬਾਏ, ਇਹਨਾਂ ਦਾ ਆਪਸ 'ਚ ਕੋਈ ਇਸ ਗੱਲ ਦੀ ਵੱਟਾ ਸੱਟੀ ਹੋ ਗਈ ਵੀ ਤੂੰ ਉੱਥੇ ਕਰ ਦੇ ਮੇਰੀ, ਮੈਂ ਇੱਥੇ ਕਰ ਦਿੰਦਾ ਤੇਰੀ। ਇਹ ਸਿਆਸਤ ਦੇ ਕਈ ਪਹਿਲੂ ਹੁੰਦੇ ਆ, ਕੋਈ ਗੱਲ ਨਹੀਂ ਕਿ ਲੋਕਤੰਤਰ ਆ, ਲੋਕਾਂ ਦਾ ਦਿੱਤਾ ਹੋਇਆ ਫਤਵਾ ਉਹ ਝੋਲੀ 'ਚ ਪਾਉਣਾ ਚਾਹੀਦਾ ਬੰਦਾ। ਸੇਵਾਦਾਰ ਨੂੰ ਕੋਈ ਫਰਕ ਨਹੀਂ ਹੁੰਦਾ, ਚਾਹੇ ਉਹ ਸੇਵਾ ਮਿਲ ਜਾਂਦੀ ਤਾਂ ਵੀ ਕਰਨੀ ਸੀ, ਆਹ ਸੇਵਾ ਮਿਲੀ ਹੋਈ ਹੈ ਵੀ ਕਰੀ ਜਾਂਦੇ। ਪਰ ਕਿਹਾ ਤਾਂ ਇਹ ਜਾਂਦਾ ਪਿਆ ਸੀਗਾ ਕਿ ਰਾਜਾ ਵੜਿੰਗ ਜਿਹੜੇ ਨੇ ਬਾਹਰੋਂ ਆਏ ਨੇ ਔਰ ਬਾਹਰੋਂ ਆ ਕੇ ਬੰਦਾ ਦੂਸਰੇ ਸ਼ਹਿਰ ਦੇ ਵਿੱਚ ਆ ਕੇ ਕਾਮਯਾਬ ਹੋ ਜਾਵੇ, ਇਹ ਵੀ ਆਪਣੇ ਆਪ 'ਚ ਇੱਕ ਸਵਾਲ ਤਾਂ ਖੜੇ ਕਰਦਾ ਹੀ ਆ। ਦੇਖੋ, ਕਾਮਯਾਬ ਵੀ ਜਾਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ, ਹੁਣ ਵੀ ਕਹਿੰਦਾ, ਇਹ ਮਾਲਕ ਨੇ ਜਿਹਨੂੰ ਵਡਿਆਈ ਦੇਣੀ ਆ ਉਹਨੂੰ ਇਹ ਮਿਲਣੀ ਆ। ਕਾਮਯਾਬ ਉਸ ਗੱਲ ਕਰਕੇ ਨਹੀਂ, ਮੈਂ ਤੁਹਾਨੂੰ ਦੱਸਤਾ ਵੀ ਜਿਹੜੀ ਥਿਊਰੀ ਚੱਲ ਗਈ ਇਲੈਕਸ਼ਨ ਦੇ ਵਿੱਚ, ਪ੍ਰਭੂ ਰਾਮ ਦਾ ਜਿਹੜਾ ਨਾਮ ਇਹਨਾਂ ਨੇ BJP ਵਾਲਿਆਂ ਨੇ ਚਲਾਇਆ, ਉਹ ਉਹਨਾਂ ਨੂੰ ਫਾਇਦਾ ਦੇ ਗਿਆ, ਸਾਡਾ ਨੁਕਸਾਨ ਹੋ ਗਿਆ ਉਸ ਗੱਲ ਦੇ ਵਿੱਚ। ਬਸ ਆਹੀ 2 ਗੱਲਾਂ ਨੇ ਬਸ। ਚਲੋ, ਜਿਸ ਦਿਨ ਪੋਲਿੰਗ ਹੋ ਰਹੀ ਸੀ ਉਸ ਦਿਨ ਕਈ ਜਗ੍ਹਾ 'ਤੇ ਕਈ ਝੜਪਾਂ ਵੀ ਦੇਖਣ ਨੂੰ ਮਿਲੀਆਂ, ਕਈ ਵਿਵਾਦ ਵੀ ਸੁਣਨ ਨੂੰ ਮਿਲੇ, ਅਤੇ ਉਹਨਾਂ ਵਿਵਾਦਾਂ ਵਿੱਚ ਇੱਕ ਤੁਹਾਡੇ ਜਿਹੜੇ ਬੇਟੇ ਸੀਗੇ ਉਹਨਾਂ ਨੇ ਗੱਲ ਕਹੀ ਸੀਗੀ ਕਿ ਰਾਜਾ ਵੜਿੰਗ ਉਹਨਾਂ ਕੋਲ ਸਿਲੰਡਰ ਕਰਨ ਵਾਸਤੇ ਆਇਆ ਸੀ, ਇਹ ਕਿਤੇ ਤੱਕ ਸੱਚ ਸੀਗਾ? ਦੇਖੋ, ਕਈ ਬੰਦੇ ਨਾ ਆਪਣੀ ਸ਼ੋਹਰਤ ਲੈਣ ਲਈ, ਆਪਣੇ ਆਪ ਨੂੰ ਲੋਕਾਂ ਦੇ ਵਿੱਚ ਚਰਚਾ 'ਚ ਲਿਆਉਣ ਲਈ ਕੋਈ ਹੋਸ਼ੀਆਂ ਰਾਜਨੀਤੀਆਂ ਕਰਦੇ ਆ। ਅਸੀਂ ਨਾ ਕਦੇ ਪਹਿਲਾਂ ਕੀਤੀਆਂ, ਨਾ ਹੁਣ ਕਰਨੀਆਂ। ਅਸੀਂ ਕਰਦੇ ਹਾਂ ਆਪਣੀ ਸੇਵਾ ਭਾਵਨਾ ਨਾਲ ਕੰਮ। ਰਾਜਾ ਵੜਿੰਗ ਸਾਡੇ ਪਰਿਵਾਰਕ ਤੌਰ ਦੇ ਉੱਤੇ ਸਾਡੇ ਘਰ ਆਇਆ ਕਿਉਂ, ਆਇਆ ਕਿਉਂ ਉਹ? ਉਹ ਤਾਂ ਉਹਨੂੰ ਪੁੱਛਣਾ ਪੈਣਾ ਨਾ ਵੀ ਕਿਉਂ ਆਇਆ ਸੀ ਉਹ। ਜੇ ਉਹ ਆਇਆ ਵਾ ਤਾਂ ਸਾਡੇ ਅੰਦਰ ਬੈਠਾ ਵਾ, ਫਿਰ ਉਹਨੂੰ ਬੈਠੇ ਦਾ ਇਹੀ ਕਹਿਣਾ ਵੀ ਸਾਡੇ ਆ ਕੇ ਸਾਡੀ ਸਪੋਰਟ ਕਰ ਰਿਹਾ ਵਾ।
ਜੀ ਕਹਿਣ ਦਾ ਮਤਲਬ ਕਿ ਜਿਹੜੇ ਤੁਹਾਡੇ ਬੇਟੇ ਵੱਲੋਂ ਕਿਹਾ ਗਿਆ ਸੀਗਾ ਕਿ ਉਹ ਕਹਿੰਦੇ ਸੀ ਕਿ ਮੈਂ ਤਾਂ ਚਲੇ ਜਾਣਾ, ਮੇਰਾ ਸਮਰਥਨ ਪੱਪੀ ਨੂੰ ਹੈਗਾ। ਆਹੋ, ਪਹਿਲਾਂ ਤਾਂ ਹੁਣ ਇਹੋ ਜਿਹੀਆਂ ਹੀ ਭਾਵਨਾ ਸੀਗੀਆਂ ਉਹਦੀਆਂ, ਪਹਿਲਾਂ ਤਾਂ ਇਹੋ ਜਿਹੀਆਂ ਹੀ ਭਾਵਨਾ ਸੀ। ਅਸੀਂ ਕਿਹੜਾ ਅੱਜ ਇਸ ਗੱਲ ਤੋਂ ਭੱਜਦੇ ਹਾਂ, ਉਹੀ ਜੋ ਸਾਡੇ ਨਾਲ ਗੱਲ ਕੀਤੀ ਉਹੀ ਉਹਨੇ ਕਹਿਤੀ। ਕਿਤੇ ਇਹ ਤਾਂ ਨਹੀਂ ਹੈਗਾ ਕਿ ਇਹੀ ਚੀਜ਼ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਕਰ ਗਈ ਔਰ ਇਸ ਚੀਜ਼ ਦਾ ਫਾਇਦਾ ਕਾਂਗਰਸ ਨੂੰ ਮਿਲ ਗਿਆ? ਗੱਲ ਸੁਣੋ, ਜਿਹੜਾ ਨੁਕਸਾਨ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਇਆ, ਮੈਂ ਤੁਹਾਨੂੰ ਇੱਕੋ ਗੱਲ ਦੱਸਤੀ 100 ਦੀ। ਜਿਹੜੀ ਗੱਲ ਦਾ ਫਾਇਦਾ ਹੋਇਆ ਉਹਨਾਂ ਨੂੰ ਆਹੀ ਫਾਇਦਾ ਹੋਇਆ ਵੀ ਬੀਜੇਪੀ ਨੂੰ ਵੱਧ ਵੋਟ ਪੈ ਗਈ, ਬਸ ਆਹੀ ਥਿਊਰੀ ਹੈ। ਚਲੋ, ਅਤੇ ਹੁਣ ਕੀ ਅੱਗੇ ਕਿੱਦਾਂ ਰਹੂਗਾ ਸਿਸਟਮ, ਕਿਉਂਕਿ MLA ਤਾਂ ਤੁਸੀਂ ਮੌਜੂਦਾ ਹੈਗੇ ਹੋ, ਹਾਰ ਹੋਈ ਹੈ ਕਿ ਨਿਰਾਸ਼ਾ ਹੈਗੀ ਮਨ ਦੇ ਵਿੱਚ? ਕੋਈ ਨਿਰਾਸ਼ਾ ਨਹੀਂ, ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਰਾਹੀਂ। ਲੁਧਿਆਣਾ ਲੋਕ ਸਭਾ ਦਾ ਜਿਹਨੇ ਵੋਟ ਪਾਈ ਉਹਦਾ ਵੀ ਧੰਨਵਾਦ, ਜਿਹਨੇ ਨਹੀਂ ਪਾਈ ਉਹਦਾ ਵੀ ਧੰਨਵਾਦ। ਇਹ ਲੋਕਤੰਤਰ ਆ, ਲੋਕਾਂ ਨੂੰ ਆਪਣੀ ਆਪਣੀ ਪਸੰਦ ਆ, ਲੋਕਾਂ ਦੀ ਜਿਹਨੂੰ ਪਸੰਦ ਕਰਦੇ ਆ ਉਹਨੂੰ ਚੁਣ ਲੈਂਦੇ ਆ। ਇਹ ਲੋਕਤੰਤਰ, ਤਾਂ ਹੀ ਤਾਂ ਲੋਕਤੰਤਰ ਮਜ਼ਬੂਤ ਹੁੰਦਾ ਵਾ। ਮੋਦੀ ਵੀ ਆਪ ਹਾਰ ਗਿਆ, 3 ਲੱਖ ਵੋਟ ਮੋਦੀ ਨੂੰ ਘੱਟ ਪਈ ਆ, ਉਹ ਕੀ ਨਿਰਾਸ਼ਾ ਲੈ ਕੇ ਬੈਠੂਗਾ ਹੁਣ? ਚਲੋ, ਕੁੱਲ ਮਿਲਾ ਕੇ ਭਾਰਤ ਦੇ ਵਿੱਚ ਇੰਡੀਅਨ ਜਿਹੜਾ ਹੈਗਾ ਗਠਬੰਧਨ ਕਾਫੀ ਮਜ਼ਬੂਤ ਹੋਇਆ ਵਾ ਔਰ 200 ਤੋਂ ਪਾਰ ਦਾ ਜਿਹੜਾ ਆਂਕੜਾ ਉਹ ਲੈ ਕੇ ਅੱਗੇ ਆਇਆ ਔਰ ਉਸ ਇੰਡੀਅਨ ਗਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੈਗੀ ਹੈ, ਓਵਰਆਲ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ? ਦੇਖੋ, ਤਾਨਾ ਅਸੀਂ ਪਹਿਲਾਂ ਵੀ ਇਲੈਕਸ਼ਨ ਇਸੇ ਗੱਲ 'ਤੇ ਲੜੇ ਸੀਗੇ, ਤਾਨਾਸ਼ਾਹੀ ਨੂੰ ਰੋਕਣ ਲਈ ਸਾਡਾ ਜਿਹੜਾ ਗੱਠਜੋੜ ਜਾਂ ਸਾਡਾ ਉੱਥੇ ਹੈਗਾ ਵਾ, ਚਾਬੀ ਸਾਡੇ ਅਰਵਿੰਦ ਕੇਜਰੀਵਾਲ ਕੋਲ ਹੈਗੀ ਆ, ਤਾਲੇ ਉਹ ਨੇ। ਅਤੇ ਇਹ ਚਾਬੀ ਕਦੋਂ ਤਾਲੇ ਨੂੰ ਲੱਗੂਗੀ ਔਰ ਕੀ ਤਾਲਾ ਖੁੱਲੂਗਾ ਅਤੇ ਕੀ ਪ੍ਰਧਾਨ ਮੰਤਰੀ ਹੀ ਇੰਡੀਅਨ ਗੱਠਜੋੜ ਦਾ ਬਣੂਗਾ? ਬਿਲਕੁਲ, ਦੇਖੋ ਹੁਣ ਇਹ ਚੱਲ ਰਹੀ ਆ, ਜੇ ਹੁਣ ਸਾਡੇ ਵਾਲਾ ਬਣੂਗਾ ਤਾਂ ਵਧੀਆ ਗੱਲ ਆ, ਕੁਛ ਖੁਸ਼ੀ ਵਾਲੀ ਗੱਲ ਆ। ਕੌਣ ਬਣ ਸਕਦਾ ਵੈ? ਇਹ ਹੁਣ ਉੱਪਰਲੇ ਲੈਵਲ ਦੀਆਂ ਗੱਲਾਂ ਨੇ, ਉਹ ਅਸੀਂ ਕਿਵੇਂ ਡਿਕਲੇਅਰ ਕਰ ਸਕਦੇ ਹਾਂ, ਦੱਸ ਸਕਦੇ ਹਾਂ। ਜਿਹੜਾ ਵੀ ਬਣੂਗਾ ਅਸੀਂ ਉਹਦਾ ਸਮਰਥਨ ਕਰਨਾ ਵਾ, ਤਾਨਾਸ਼ਾਹੀ ਰੋਕਣੀ ਆ ਬਸ। ਪੰਜਾਬ ਦੇ ਵਿੱਚ ਸਿਰਫ 3 ਸੀਟਾਂ ਆਈਆਂ ਨੇ ਤੁਹਾਨੂੰ, 0-13 ਦਾ ਨਾਰਾ ਲੈ ਕੇ ਚੱਲ ਰਹੇ ਸੀ ਤੁਸੀਂ ਸਰ? ਪਹਿਲਾਂ ਤਾਂ ਇੱਕ ਵੀ ਨਹੀਂ ਸੀਗੀ, ਇਸੇ ਕਰਕੇ 3 ਆਈਆਂ ਤਾਂ ਹੈਗੀਆਂ ਨਾ। ਸਾਡੀ ਰਣਨੀਤੀ ਨੂੰ ਅਤੇ ਨੀਤੀ ਨੂੰ ਕੋਈ ਸ਼ੱਕ ਨਹੀਂ ਕਰ ਸਕਦਾ, ਦੋਨਾਂ ਗੱਲਾਂ 'ਤੇ ਅਸੀਂ ਜੋ ਕਰਦੇ ਹਾਂ ਸੱਚੇ ਦਿਲੋਂ ਹੀ ਕਰਦੇ ਹਾਂ, ਉੱਪਰੋਂ ਉੱਪਰੋਂ ਨਹੀਂ ਕਰਦੇ। ਵਿਰੋਧੀ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹਨਾਂ ਨੇ 13 ਦਿਮਾਗ 'ਚ ਉਹਨਾਂ ਜ਼ਰੂਰ ਸੀਗਾ ਪਰ ਉਹ ਇੱਕ ਭੁੱਲ ਗਏ, ਇਸ ਕਰਕੇ 3 ਤੁਹਾਨੂੰ ਸੀਟਾਂ ਦਿੱਤੀਆਂ। ਦੇਖੋ ਗੱਲ ਸੁਣੋ, ਇਹ ਹੁਣ ਲੋਕਤੰਤਰ ਫਿਰ ਕਿਹਨੂੰ ਕਹਿੰਦੇ ਆ? ਲੋਕਤੰਤਰ ਇਸੇ ਨੂੰ ਇਹ ਕਹਿੰਦੇ ਆ। ਉਹ ਤਾਂ 400 ਪਾਰ ਜਿਹੜੇ ਵਿਰੋਧੀ ਆ ਉਹਨਾਂ ਨੂੰ ਪੁੱਛਣਾ ਸੀ, ਉਹ ਤਾਂ ਕਹਿੰਦੇ ਜੀ ਇਸ ਵਾਰ 400 ਪਾਰ ਰਹਿ ਗਏ ਨਾ, ਅੱਧ ਵਿਚਕਾਰ ਹੀ ਰਹਿ ਗਏ। ਇਸ ਕਰਕੇ ਲੋਕਤੰਤਰ ਤਾਂ ਹੀ ਮਜ਼ਬੂਤ ਹੁੰਦਾ ਜਦੋਂ ਲੋਕ ਆਪਣਾ ਫਤਵਾ ਦੇ ਦਿੰਦੇ ਆ।